स्वागत है किसान वीरों तुहाडा सदक डेयरी फार्मिंग दे विच। किसान वीरों अज जिहड़ी वीडियो बना रहे हैं पिंड ढलवां ढलवां कलां दोस्तों ते कोटकपुरा इहनूं तहसील पैंदी है जिला फरीदकोट है। कोटकपुरे तो बाजाखाना बरगाड़ी वल नूं जाणा होवे तां नैशनल हाईवे दे उत्ते पिंड वसिया होया। इस घर दे विच दोस्तों जदों भी वीडियो बनाई दी है बहुत चंगे पशु देखण नूं मिलदे आ, भावें उह मझां च होण भावें गावां च। अज भी दोस्तों तुहानूं एक बहुत चंगे थण हवाने की बहुत सोहनी झोटी एक तो दिखाउणी है, ताजी सूई भी बच्चा भी खास गल ये भी इन्हें बहुत सोहनी कट्टी दिती है, थोड़ा टाइम पहला ही सूई है। तो एक गां दोस्तों हालांकि कच्ची है पर इहदा रंग रूप ते इहदा ढांचा दसदा भी गां इह भी बहुत चंगी है। सो इन्हां दोवां नगां बारे आपां डिटेल बाई तो पुछदे हां, वीडियो नूं एंड तक देखियो। जिहड़ा पशु तुहाडे पसंद होवे दोस्तों तसली आप आ के कर लो, जे आपदी तसली दे नाल तुसीं खरीद सकदे हो। आओ बाई नाल गलबात करदे हां। ਬਾਈ ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿੰਦੇ ਲੱਖਾ ਬਾਈ ਨਾਮ। ਠੀਕ ਹੈ ਲੱਖੇ ਬਾਈ, ਇਹ ਜਿਹੜੀ ਝੋਟੀ ਵਕਾਊ ਕੀਤੀ ਅੱਜ ਕਿੰਨਵਾਂ ਸੂਆ ਸੂਪੀ? ਇਹ ਦੂਜਾ ਸੂਆ ਸੂਈ ਹੈ ਜੀ, 6 ਦੰਦ ਆ ਮੂੰਹ ਚ, 6 ਦੰਦ ਦੂਜਾ ਸੂਆ। ਅੱਛਾ 2 ਘੰਟੇ ਹੋ ਗਏ ਜੀ ਸੂਈ ਨੂੰ। ਠੀਕ ਹੈ, ਅੱਛਾ ਬੱਚਾ ਕੱਟੀ ਦਿੱਤੀ ਇਹਨੇ ਨਾ? ਕੱਟੀ MX 155 ਦੀ। MX 155 ਦਾ ਬੱਚਾ ਇਹ? ਠੀਕ ਹੈ। ਅੱਛਾ ਜੇ ਸੀਮਨ ਬਾਰੇ ਉਹਨਾਂ ਨੇ ਸਹੀ ਦੱਸਿਆ ਤਾਂ ਮਤਲਬ ਦੁੱਧ ਵੀ ਫਿਰ ਇਹਦੇ ਬਾਰੇ ਪਤਾ ਹੋਊ, ਪਹਿਲੇ ਸੂਏ ਕਿੰਨਾ? ਦੁੱਧ ਪਹਿਲੇ ਸੂਏ 15 ਲੀਟਰ ਦੱਸਿਆ ਜੀ ਉਹਨਾਂ ਨੇ। 15 ਲੀਟਰ ਦੱਸਿਆ ਪਹਿਲੇ ਸੂਏ? ਹਾਂਜੀ। ਠੀਕ ਹੈ। ਅੱਛਾ ਕੀ ਰੇਟ ਰੱਖਿਆ ਇਹਦਾ ਬਾਈ? ਰੇਟ ਫੋਨ ਤੇ ਕਰ ਲਾਂਗੇ। ਫੋਨ ਤੇ ਦੱਸਾਂ? ਖੋਲੀ ਦੋਸਤੋ MX 155 ਦੀ ਕੱਟੀ ਆਈ ਆ, ਚੰਗੇ ਰਿਕਾਰਡ ਵਾਲੇ ਘਰ ਦੇ ਵਿੱਚੋਂ ਆਈ ਆ, ਜਿਹੜਾ ਚੰਗੀਆਂ ਝੋਟੀਆਂ ਸਾਂਭਦਾ ਵੀਰ ਉਹਦੇ ਕੋਲੋਂ ਆਈ ਆ। ਇਹ ਬਹੁਤ ਸੋਹਣਾ ਸਿੰਗ ਹੈ, ਵੇਲ ਚੰਗੀ ਆ, ਕੱਦ ਦੋਸਤੋ ਦਰਮਿਆਨਾ, ਪਰ ਜਿਹੜਾ ਮੇਨ ਚੀਜ਼ ਹੁੰਦੀ ਆ ਥਣ ਹਵਾਨਾ ਉਹ ਬਹੁਤ ਜ਼ਿਆਦਾ ਸੋਹਣਾ। ਜੇਰ ਹਜੇ ਪੈਣੀ ਬਾਕੀ ਹੈ, ਉਹਦੇ ਕਰਕੇ ਥੋੜ੍ਹਾ ਜਿਹਾ ਵੀਡੀਓ ਇਸ ਤਰ੍ਹਾਂ ਬਣੂਗੀ। ਬਾਕੀ ਬਹੁਤ ਸੋਹਣੇ ਸਟਰਕਚਰ ਦੀ ਝੋਟੀ ਦੋਸਤੋ ਵਿਕਾਊ ਆ। ਸਿੰਗ ਬਿਲਕੁਲ ਕੁੰਡਾ, ਦੋਨੇ ਸਿੰਗ ਇੱਕੋ ਜਿਹੇ ਆ, ਚੰਗੀ ਵੇਲ ਆ। ਥਣ ਦਾ ਸਾਈਜ਼ ਤੁਹਾਨੂੰ ਨੇੜੋਂ ਦਿਖਾਊਂਗਾ, ਬਹੁਤ ਘੱਟ ਹੀ ਲੱਗੂਗਾ ਇੱਦਾਂ ਦਾ ਥਣ, ਕਿਉਂਕਿ ਚੰਗੇ ਦੁੱਧ ਵਾਲੀਆਂ ਮੱਝਾਂ ਦੇ ਇੱਦਾਂ ਦਾ ਥਣ ਹਵਾਨਾ ਲੱਗਣਾ ਹੁੰਦਾ। ਇੱਧਰੋਂ ਦੋਸਤੋ ਥਣ ਦੇਖ ਸਕਦੇ ਹੋ, ਅਗਲੇ ਥਣ ਦਾ ਸਾਈਜ਼ ਵੀ ਬਹੁਤ ਸੋਹਣਾ ਅਤੇ ਪਿਛਲਾ ਥਣ ਵੀ ਇਹਦਾ ਬਹੁਤ ਚੰਗਾ ਲੱਗਾ ਗਿਆ। ਹਵਾਨਾ ਬਹੁਤ ਸੋਹਣਾ ਬਣਾਇਆ, ਫੁੱਲ ਜੋਸ਼ 'ਚ ਹੈ ਹੁਣ, ਕਿਉਂਕਿ ਹਜੇ ਥੋੜ੍ਹਾ ਟਾਈਮ ਪਹਿਲਾਂ ਹੀ ਸੂਈ ਹੈ। ਇੱਥੋਂ ਇਹਦਾ ਤੁਸੀਂ ਥਣ ਹਵਾਨਾ ਦੋਸਤੋ ਦੇਖ ਸਕਦੇ ਹੋ। ਬਿੱਥੀ ਥਣਾਂ ਦੇ ਵਿੱਚ ਜੇ ਦੇਖੀਏ ਤਾਂ ਉਹ ਵੀ ਬਹੁਤ ਜ਼ਿਆਦਾ, ਦੋਨਾਂ ਪਾਸਿਆਂ ਤੋਂ ਸੇਮ ਬਿੱਥੀ ਹੈ, ਫੁੱਲ ਪਸਮਾ ਥਣ ਦਾ ਥੱਲੇ ਨੂੰ ਤਿੱਖਾ ਦੇਖ ਸਕਦੇ ਹੋ, ਮੁੱਢ ਮਟਾਈ 'ਚ ਹੈ, ਚਾਰੇ ਥਣ ਨਿਖੜਵੇਂ ਵੀ ਹੈ। ਸੋ ਬਹੁਤ ਸੋਹਣੇ ਮੂੰਹ ਮੱਥੇ ਦੀ ਸੋਹਣੀ ਝੋਟੀ ਵਿਕਾਊ ਹੈ। ਰੇਟ ਇਹਦਾ ਵੀਰ ਤੁਹਾਨੂੰ ਫੋਨ 'ਤੇ ਦੱਸ ਦੂਗਾ, ਜਿਹਨੂੰ ਪਸੰਦ ਆਵੇ ਕਾਲ ਕਰ ਲਿਓ, ਨੰਬਰ ਸਕਰੀਨ 'ਤੇ ਲੱਗਾ। ਚੰਗੀਆਂ ਮੱਝਾਂ ਚੰਗੀਆਂ ਗਾਵਾਂ ਹੀ ਵੀਰ ਕੋਲ ਆਉਂਦੀਆਂ। ਇਹਦੋਂ ਅੱਗੇ ਜਿਹੜੀ ਵੈੜ ਆ ਦੋਸਤੋ ਇਹਦੇ ਬਾਰੇ ਵੀ ਬਾਈ ਤੋਂ ਪੁੱਛਦੇ ਹਾਂ। ਵੈੜ ਨੇ ਕਹਿੰਦਾ ਸੂਆ ਸੁਣਾ ਲਿਆ? ਇਹਨੇ ਪਹਿਲਾ ਸੂਆ ਸੁਣਾ, 4 ਦੰਦ ਪਹਿਲਾ ਸੂਆ, 4 ਦੰਦ। ਅੱਛਾ ਕਿੰਨਾ ਕੁ ਟਾਈਮ ਲੈ ਜੂਗੀ ਇਹਦੇ ਜੀ? 9 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਜੀ। 9 ਤਰੀਕ ਨੂੰ ਯਾਨੀ 18-19 ਦਿਨ ਬਾਕੀ, ਹਜੇ 18-19 ਦਿਨ ਬਾਕੀ। ਠੀਕ ਹੈ। ਕਿੰਨੇ ਕੁ ਦੁੱਧ ਵਾਲੀ ਮਾਂ ਦੀ ਧੀ ਹੈ? ਇਹਦੀ ਮਾਂ ਥੱਲੇ 36-37 ਕਿਲੋ, ਯਾਨੀ ਪਹਿਲੇ ਸੂਏ ਦਾ ਰਿਕਾਰਡ ਆ ਜੀ। ਠੀਕ ਹੈ। ਅੱਛਾ ਇਹਦਾ ਰੇਟ ਕੀ? ਫੋਨ ਤੇ ਕਰਾਂਗੇ। ਖੋਲੀਏ ਦੋਸਤੋ, 4 ਦੰਦ ਵੈੜ ਆ, ਬਹੁਤ ਤਕੜੀ ਵੈੜ ਹੈ। ਕੱਦ ਜੇ ਦੇਖੀਏ ਤਾਂ ਉਹ ਵੀ ਬਹੁਤ ਜ਼ਿਆਦਾ, ਬਹੁਤ ਸੋਹਣੀ ਸੰਭੀ ਹੈ। ਅਤੇ ਖਾਸ ਗੱਲ ਇਹ ਹੈ ਵੀ ਇੱਦਾਂ ਦਾ ਤੁਹਾਨੂੰ ਰੰਗ ਰੂਪ ਗਾਵਾਂ ਦੇ ਵਿੱਚ ਘੱਟ ਮਿਲੂਗਾ, ਇਹਦੀ ਬਹੁਤ ਮੰਗ ਹੈ, ਕਿਉਂਕਿ ਡੱਬੀਆਂ ਵੈੜਾਂ ਦੀ ਹਮੇਸ਼ਾ ਮੰਗ ਰਹਿੰਦੀ ਹੈ। ਬਹੁਤ ਸੋਹਣੀਆਂ ਲੱਗਦੀਆਂ ਇਹ। ਹਜੇ 20 ਦਿਨਾਂ ਦੀ ਕੱਚੀ ਹੈ ਦੋਸਤੋ, ਟਾਈਮ ਹਜੇ 20 ਦਿਨ ਪਏ ਹੈ, ਪਰ ਹਵਾਨਾ ਬਹੁਤ ਤਕੜਾ ਬਣਾ ਜਾਣਾ ਇਹਨੇ ਜਦੋਂ ਨੇੜ ਆਊਗੀ। ਵੇਲ ਬਹੁਤ ਹੈ, ਕੱਦ ਬਹੁਤ ਹੈ, ਛੋਟਾ ਹੀ ਕੰਨ ਹੈ, ਬਹੁਤ ਸੋਹਣੀ ਬੂਥ ਦੀ, ਸੋ ਕਿਤੋਂ ਕੋਈ ਖੁੰਝੀ ਨਹੀਂ ਦੋਸਤੋ। ਚੰਗੀ ਸੰਭੀ ਵੀ ਹੈ, ਸੰਭਾਲ ਵੀ ਬਹੁਤ ਸੋਹਣੀ ਹੋਈ ਹੈ। ਹਵਾਨਾ ਇੱਥੋਂ ਨੋਟ ਕਰਿਓ, ਬਹੁਤ ਚੰਗਾ ਬਣਾ ਜੂਗੀ ਜਦੋਂ ਨੇੜ ਆ ਜਾਣਾ ਨੇ। ਸੋ ਅਜੇ ਟਾਈਮ ਲੈਂਦੀ ਹੈ, ਰੇਟ ਇਹਦਾ ਤੁਹਾਨੂੰ ਫੋਨ 'ਤੇ ਦੋਸਤੋ ਕਨਫਰਮ ਹੋ ਜੂਗਾ। ਜੇ ਕੋਈ ਵੀਰ ਇਸੇ ਤਰ੍ਹਾਂ ਕੱਚੀ ਗਾਂ ਖਰੀਦਣੀ ਚਾਹੁੰਦਾ, ਦੇਖ ਸਕਦੇ ਹੋ ਮੂੰਹ ਮੱਥਾ ਵੀ ਬਹੁਤ ਸੋਹਣਾ, ਥਣ ਦਾ ਸਾਈਜ਼ ਵੀ ਦੇਖਣ ਵਾਲਾ। ਹਵਾਨਾ ਅੱਗੇ ਤੱਕ ਰੱਖੂਗੀ, ਅਗਲੇ ਥਣ ਤੋਂ ਲੱਗਦਾ ਵੀ 8-10 ਇੰਚ ਗਾਂ ਨੂੰ ਹਵਾਨਾ ਪੱਟੂਗੀ। ਸੋਹਣੇ ਪ੍ਰਿੰਟ ਦੀ, ਸੋਹਣੇ ਡਿਜ਼ਾਈਨ ਦੀ ਵੈੜ। ਅਤੇ ਇੱਕ ਦੋਸਤੋ ਇੱਧਰ ਜਿਹੜੀ ਝੋਟੀ ਹੈ, ਕੋਈ ਮੁੱਲ ਨਹੀਂ, ਬਹੁਤ ਸੋਹਣੀ ਝੋਟੀ ਹੈ ਵੀ। ਥਣ ਹਵਾਨਾ ਜੇ ਦੇਖੀਏ ਤਾਂ ਵਾਰ ਵਾਰ ਦੇਖਣ ਨੂੰ ਜੀ ਕਰਦਾ। ਇੱਧਰੋਂ ਦੇਖ ਸਕਦੇ ਹੋ ਥਣਾਂ 'ਚ ਸੇਮ ਬਿੱਥੀ, ਮੂੰਹ ਦੇਖੀਏ ਤਾਂ ਉਹ ਵੀ ਬਹੁਤ ਸੋਹਣਾ, ਸਿੰਗ ਬਿਲਕੁਲ ਕੁੰਡਾ, ਪਿੱਠਪੁੜੇ ਦੀ ਬਣਾਵਟ ਬਹੁਤ ਚੰਗੀ। ਇਹਦੀ ਪੂਛ ਫੜੀ ਬਈ ਮੜੀ, ਹਵਾਨਾ ਤੁਹਾਨੂੰ ਫੇਰ ਕੋਸ਼ਿਸ਼ ਕਰੂੰਗਾ। ਆ ਜੇਰ ਦਾ ਲੜ ਜਾਵੇ ਮਾੜਾ ਸਾਈਡ ਨੂੰ ਕਰ ਲਓ। ਹਵਾਨਾ ਦੱਸੋ, ਦੇਖ ਲਓ ਬਹੁਤ ਤਕੜਾ ਤਿਆਰ ਕਰ ਗਈ, ਚੰਗਾ ਦੁੱਧ ਪਾਊਗੀ ਜੇ ਕੋਈ ਵੀਰ ਖਰੀਦਣੀ ਚਾਹੇ। ਨੰਬਰ 22 ਦਾ ਸਕਰੀਨ ਉੱਤੇ ਲੱਗਾ। ਧੰਨਵਾਦ ਦੋਸਤੋ ਵੀਡੀਓ ਦੇਖਣ ਲਈ।